20 ਸਕਿੰਟ ਲੈਣੇ ਹਾਲੇ ਤੇ ਤੂੰ ਜਦੋਂ ਕਰ ਲਾ ਜਦ ਤੱਕ ਲਾਈਵ ਹੋ ਗਏ ਹੈ ਹੋ ਗਏ ਲਾਈਵ ਅਸੀਂ ਬੈਠੇ ਨੌਰਥ ਮੋਲ ਖਰੜ ਅਤੇ ਮੇਰੇ ਨਾਲ ਬੈਠਾ ਮੇਰੇ ਚਾਚੇ ਦਾ ਮੁੰਡਾ ਜੱਸੀ ਆਸਟ੍ਰੇਲੀਆ ਤੋਂ ਆਇਆ ਹੋਇਆ ਉੱਧਰ ਪਰਲੇ ਪਾਸੇ ਬੈਠਾ ਕਾਲਾ ਕਾਲਾ ਇੱਧਰ ਸਾਹਮਣੇ ਨੂੰ ਹੋ ਅਸੀਂ ਅੱਜ ਆਏ ਹੋਏ ਇੱਥੇ ਇੰਜੋਏ ਕਰਨ ਘੁੰਮਣ ਫਿਰਨ ਆਏ ਹੋਏ ਹਾਂ ਥੋੜ੍ਹੀ ਸ਼ੋਪਿੰਗ ਵੀ ਕਰਨੀ ਸੀ ਅਤੇ ਅਸੀਂ ਵੀਡੀਓ ਸ਼ੂਟ ਕਰ ਲਈ ਇੱਥੇ ਕੱਲ੍ਹ ਜਾਂ ਪਰਸੋਂ ਤੱਕ ਅਸੀਂ ਜਿਹੜੀ ਪੂਰੀ ਇੱਥੇ ਨੌਰਥ ਮੋਲ ਦੀ ਪਾ ਦੇਵਾਂ ਨੇ ਵੀਡੀਓ ਬਾਕੀ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਨੌਰਥ ਮੋਲ ਦੇ ਵਿੱਚ ਆ ਕੇ ਬਾਕੀ ਤੁਹਾਨੂੰ ਜੱਸੀ ਦੱਸੂਗਾ ਮੈਨੂੰ ਕਿੱਦਾਂ ਦਾ ਲੱਗਿਆ ਇੱਥੇ ਨੌਰਥ ਮੋਲ ਦੇ ਵਿੱਚ ਆ ਕੇ ਅੱਜ ਹਾਂ ਜੱਸੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੌਰਥ ਮੋਲ ਪਹਿਲਾਂ ਜਿੱਦਾਂ ਪਹਿਲਾਂ ਫੁੱਲ ਹੁੰਦਾ ਸੀਗਾ ਉੱਦਾਂ ਮਾੜਾ ਜਿਹਾ ਉਸ ਮੁਤਾਬਿਕ ਕੁਆਇਟ ਹੋ ਗਿਆ ਕਾਫੀ ਸ਼ੋਰੂਮ ਸੀਗੇ ਜਿਹੜੇ ਬਹੁਤ ਹੀ ਵਧੀਆ ਸੀਗੇ ਉਹ ਬੰਦ ਹੋ ਗਏ ਨੇ ਜਾਂ ਫਿਰ ਨਹੀਂ ਅੱਜ ਖੁੱਲ੍ਹਣ ਵਾਲੇ ਨੇ ਨਹੀਂ ਅੱਜ ਜਿਹੜੀ ਗੱਲ ਮੈਨੂੰ ਅੱਜ ਇੱਥੇ ਮੇਨ ਪਤਾ ਲੱਗੀ ਵੀ ਮੈਂ ਜਿਹੜਾ ਅੰਦਰ ਕਹਿੰਦਾ ਉਹ ਤਾਂ ਯਾਰ ਆਪਣੇ ਜਿਹਦੇ ਮੈਂ ਕੱਪੜੇ ਲੱਤੇ ਤਾਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਕਾਹ 'ਤੇ ਅੱਜ ਭੀੜ ਕਾਹਤੇ ਘੱਟ ਅੱਜ ਇੱਥੇ ਨੌਰਥ ਮੋਲ ਦੇ ਵਿੱਚ ਉਹ ਕਹਿੰਦਾ ਵੀ ਸਿਰਸੇ ਵਾਲੇ ਕਰਕੇ ਰੌਲਾ ਪਿਆ ਹੋਇਆ ਜਿਹੜਾ ਸਿਰਸੇ ਵਾਲੇ ਬਾਬਾ ਨੇ ਕਰਕੇ ਨਾ ਸਾਰਾ ਚੰਡੀਗੜ੍ਹ ਬਲੌਕ ਕਰਿਆ ਹੋਇਆ ਉਹਦੇ ਕਰਕੇ ਇੱਥੇ ਬਹੁਤ ਜ਼ਿਆਦਾ ਰਸ਼ ਘੱਟ ਗਿਆ ਇੱਥੇ ਪਿਛਲੇ 2-3 ਦਿਨ ਤਾਂ ਬਾਰਿਸ਼ ਵੀ ਬਹੁਤ ਜ਼ਿਆਦਾ ਹੋਈ ਸੀ ਇੱਥੇ ਉਹਦੇ ਕਰਕੇ ਬਹੁਤ ਜ਼ਿਆਦਾ ਫਰਕ ਪਿਆ ਆ ਤੁਸੀਂ ਦੇਖੋ ਪਿੱਛੇ ਨੌਰਥ ਮੋਲ ਬਹੁਤ ਵਧੀਆ ਬਣਿਆ ਹੋਇਆ ਬਹੁਤ ਵਧੀਆ ਜਗ੍ਹਾ ਇੱਥੇ ਦੇਖਣ ਵਾਲੀ ਚੀਜ਼ ਆ ਇਹ ਅਤੇ ਬਾਕੀ ਕਾਲੇ ਬਾਈ ਹੁਣ ਤੁਹਾਨੂੰ ਮੈਂ ਕਾਲੇ ਨਹੀਂ ਮਿਲਾਉਂਦਾ ਕਾਲਾ ਬਹੁਤ ਵਧੀਆ ਅੱਜ ਆਇਆ ਹੋਇਆ ਤੁਹਾਨੂੰ ਮੈਂ ਕੈਮਰਾ ਕਰਕੇ ਦਿਖਾਉਂਦਾ ਅੱਜ ਕਾਲੇ ਨਾਲ ਵੀ ਤੁਹਾਨੂੰ ਗੱਲਾਂ ਕਰਾਉਂਦੇ ਅੱਜ ਹਾਂਜੀ ਕਾਲੇ ਕਿੱਦਾਂ ਲੱਗਾ ਤੁਹਾਨੂੰ ਨੌਰਥ ਮੋਲ ਦੇ ਵਿੱਚ ਆ ਗਿਆ ਅੱਜ ਬਹੁਤ ਵਧੀਆ ਯਾਰ ਤਾਂ ਪਹਿਲਾਂ ਵੀ ਆਏ ਹੋਏ ਆ ਹਾਂ ਠੀਕ ਹੈ ਨਾ ਅੱਜ ਵਧੀਆ ਹੋਰ ਵੀ ਲੱਗਿਆ ਅੱਜ ਭੀੜ ਵੀ ਘੱਟਦੀ ਨਾ ਅੱਜ ਇੱਥੇ ਨੌਰਥ ਮੋਲ ਦੇ ਵਿੱਚ ਅੱਜ ਨੌਰਥ ਕਰਕੇ ਸਿੱਖੇ ਵਾਲੇ ਕਰਕੇ ਬੰਦ ਕਰੇ ਇੱਧਰ ਚੰਡੀਗੜ੍ਹ ਸਾਰਾ ਸੀਲਡ ਪਿਆ ਜਾਣਾ ਸੀ ਅਲੰਟੇ ਮੋਲ ਸੀ ਹਾਂ ਤਾਂ ਇਹਦਾ ਖਰੀਦਿਆ ਅੱਜ ਆਪਾਂ ਨੇ ਆਹ ਕੱਪੜੇ ਖਰੀਦੇ ਥੋੜ੍ਹੇ ਜਿਹੇ ਇਹ ਮੁੰਡੇ ਨੇ ਕੱਪੜੇ ਖਰੀਦੇ ਆ ਅਤੇ ਬੜੇ ਕੱਪੜੇ ਜ਼ਿਆਦਾ ਖਰੀਦਿਆ ਸਾਹਮਣੇ ਕਿਹੜੀ ਆਊਟ ਸ਼ੋਪ ਇੱਕ ਉੱਧਰ ਸਾਹਮਣੇ ਭੂਤ ਬੰਗਲਾ ਯਾਰ ਉਹ ਦੇਖੋ ਸਾਹਮਣੇ ਭੂਤ ਬੰਗਲਾ ਉਹ ਅਤੇ ਉੱਥੇ ਭੂਤ ਭਾਤਾ ਸੀ ਉਹਦੇ ਵਿੱਚ ਵੀ ਗਏ ਅਤੇ ਸਾਹਮਣੇ ਬੱਚੇ ਖੇਡਣ ਵਾਲਾ ਵੀ ਹੈਗਾ ਬਹੁਤ ਵਧੀਆ ਮਾਹੌਲ ਹੈ ਇੱਥੇ ਦੇਖਣ ਵਾਲੀ ਚੀਜ਼ ਹੈ ਆ ਤੁਹਾਨੂੰ ਚਾਰੇ ਪਾਸੇ ਦਿਖਾਉਂਦਾ ਇੱਧਰ ਨੂੰ ਮੈਂ ਉਹ ਥੱਲੇ ਤੱਕ ਨੂੰ 4-5 ਮੰਜ਼ਲੀ ਹੈ ਅਸੀਂ ਤਾਂ ਬਹੁਤ ਜ਼ਿਆਦਾ ਇੰਜੋਏ ਕਰਿਆ ਇੱਥੇ ਅੱਜ ਵੀਡੀਓ ਸ਼ੂਟ ਹੋ ਗਈ ਕੱਲ੍ਹ ਨੂੰ ਅਸੀਂ ਇਹ ਵੀਡੀਓ ਬਣਾ ਕੇ ਪਾ ਦੇਵਾਂਗੇ ਨੈੱਟ ਦੇ ਉੱਪਰ ਮੈਂ ਇੱਕ ਦੇਖਿਆ ਇੱਥੇ ਆਪਣੇ ਇੱਕ ਮੈਂ ਹੋਰ ਵੀ ਦੇਖਿਆ ਇੱਥੇ ਆਪਣੇ ਜਿਹੜੇ ਆਪਣੇ ਇੱਥੇ ਮੈਂ ਦੇਖਿਆ ਕਿ ਨਾ ਆਪਣੇ ਪੇਂਡੂ 'ਚ ਲੋਕ ਆਉਂਦੇ ਬਹੁਤ ਸੋਹਣੇ ਭੋਲੇ ਭੋਲੇ ਜਿਹੇ ਲੋਕ ਆਉਂਦੇ ਆ ਇੱਥੇ ਸ਼ਹਿਰੀ ਵੀ ਆਉਂਦੇ ਆ ਜਿਹੜੇ ਪੇਂਡੂ ਆ ਵਿਚਾਰੇ ਬਸ ਉਹੀ ਦੇਸੀ ਜਿਹੇ ਕੱਪੜੇ ਪਾਏ ਹੁੰਦੇ ਆ ਟੌਰ ਜੀ ਗੱਡੀ ਹੁੰਦੀ ਹੈ ਇੱਕ ਮੈਂ ਨਵਾਂ ਵਿਆਹ ਜੋੜਾ ਦੇਖਿਆ ਉਹ ਦੇਸੀ ਜਿਹਾ ਬੰਦੇ ਨੇ ਪੱਗ ਜੀ ਬੰਨੀ ਹੋਈ ਨਾਲ ਘਰ ਵਾਲੀ ਜੱਫੀ ਜੀ ਪਾ ਕੇ ਜਾਵੇ ਮੈਂ ਕਿਹਾ ਉਹ ਦੇਖੋ ਪੇਂਡੂ ਜਾਂਦੇ ਸ਼ਹਿਰੀਆਂ ਨੇ ਤਾਂ ਹੁਣ ਦੇਖਿਆ ਤਾਂ ਜੀਨਾਂ ਜੂਨਾਂ ਜਿਹੀਆਂ ਪਾਈਆਂ ਹੋਈਆਂ ਬਾਲ ਜੇ ਕੱਟੇ ਟੇਢੇ ਮੇਢੇ ਜੇ ਕੱਟੇ ਹੋਏ ਆ ਬਾਕੀ ਜੱਸੀ ਥੋੜ੍ਹੀਆਂ ਗੱਲਾਂ ਬਾਤਾਂ ਹੋਰ ਦੱਸਣਾ ਚਾਹੁੰਦਾ ਤੁਹਾਨੂੰ ਜੱਸੀ ਇੱਕ ਮਿੰਟ ਮੈਨੂੰ ਐਂ ਦੱਸ ਵੀ ਤੁਹਾਨੂੰ ਇੱਥੇ ਯਾਰ ਇੰਡੀਆ ਔਰ ਆਸਟ੍ਰੇਲੀਆ ਵਿੱਚ ਕਿਆ ਫਰਕ ਲੱਗਿਆ ਇੱਥੇ ਮੋਲ ਦੇ ਅਕੋਰਡਿੰਗ ਮੋਲ ਦੇ ਅਕੋਰਡਿੰਗ ਵੀ ਕਹਿ ਸਕਦਾ ਵੀ ਜਿੱਦਾਂ ਆਸਟ੍ਰੇਲੀਆ ਵਿੱਚ ਜ਼ਿਆਦਾ ਕਿਹੜੀ ਵਧੀਆ ਚੀਜ਼ ਹੈ ਅਤੇ ਇੰਡੀਆ 'ਚ ਕਿਆ ਚੀਜ਼ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਇੱਥੇ ਆਸਟ੍ਰੇਲੀਆ ਤਾਂ ਇੱਕ ਤਾਂ ਉੱਥੇ ਸਾਰੇ ਬ੍ਰਾਂਡ ਹੈਗੇ ਆ ਹਾਂ ਹੁਣ ਇੱਥੇ ਕਿਸੇ ਮੋਲ ਵਿੱਚ ਆ ਹੁਣ ਜਿੱਦਾਂ ਆਪਾਂ ਨੌਰਥ ਕੰਟਰੀ ਮੋਲ ਨੂੰ ਲੈ ਲਓ ਪਰ ਜੇ ਆਪਾਂ ਇਲਾਂਟੇ ਮੋਲ ਨੂੰ ਕੰਪੇਅਰ ਕਰਦੇ ਤਾਂ ਇਲਾਂਟੇ ਮੋਲ ਐਨ ਸੇਮ ਟੂ ਸੇਮ ਇੱਦਾਂ ਦਾ ਹੈ ਕਿ ਜਿੱਦਾਂ ਬਾਹਰਲੇ ਜਿੰਨੇ ਵੀ ਕੰਟਰੀਆਂ ਦੇ ਮੋਲ ਹੁੰਦੇ ਵਧੀਆ ਵਧੀਆ ਬੜੇ ਬੜੇ ਮੋਲ ਸਾਰਾ ਕੁਛ ਮੀਨਸ ਸਾਰੇ ਬ੍ਰਾਂਡਸ ਹੁੰਦੇ ਨੇ ਔਰ ਐਕਸਪੈਂਸਿਵ ਆ ਬਹੁਤ ਜ਼ਿਆਦਾ ਅੱਛਾ ਉਹ ਸੇਮ ਚੀਜ਼ ਮਤਲਬ ਬਾਹਰਲੇ ਨਾਲ ਉਹ ਕਰਦੀ ਹੈ ਜਿਹੜਾ ਇਹ ਨੌਰਥ ਕੰਟਰੀ ਮੋਲ ਹੈ ਇਹ ਹੈ ਕਿ ਇੱਕ ਨੋਰਮਲ ਆ ਜਾਂਦਾ ਹੈ ਕਿ ਆਪਣੇ ਨੋਰਮਲ ਪੰਜਾਬ ਦੇ ਪਿੰਡਾਂ ਦੇ ਲੋਕਾਂ ਲਈ ਵੀ ਹਾਂ ਜੇ ਕਿਸੇ ਨੇ ਮੋਲ 'ਚ ਘੁੰਮਣਾ ਵੀ ਹੈ ਤਾਂ ਤੁਸੀਂ ਕੱਪੜੇ ਵੀ ਉਰੋਂ ਲੈ ਸਕਦੇ ਇੰਨੇ ਮਹਿੰਗੇ ਵੀ ਨਹੀਂ ਹੈਗੇ ਉਹਦੇ ਕੱਪੜੇ ਜਿੰਨੇ ਨੋਰਮਲ ਰੋਪੜ ਸ਼ੋਪਾਂ 'ਚ ਹੁੰਦੇ ਆ ਅੱਛਾ ਅਤੇ ਤੁਸੀਂ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ ਵੀ ਮੇਰੀ ਵੀਡੀਓ ਜਿਹੜੀ ਅਸੀਂ ਅੱਜ ਲਾਈਵ ਹੋਏ ਹਾਂ ਤਾਂ ਉਹਨੂੰ ਕਿੱਦਾਂ ਦੀ ਲੱਗੀ ਕਮੈਂਟ ਜ਼ਰੂਰ ਦੱਸਿਓ ਤਾਂ ਮੈਂ ਫਿਰ ਅੱਗੇ ਨੂੰ ਕੋਈ ਹੋਰ ਵੀ ਤੁਹਾਡੇ ਵਾਸਤੇ ਤਾਂ ਲਾਈਵ ਲੈ ਕੇ ਆਇਆ ਕਰਾਂ ਹੁਣ ਮੈਂ ਸੋਚ ਰਿਹਾ ਵੀ ਐਤਵਾਰ ਦੀ ਐਤਵਾਰ ਆਪਾਂ ਲਾਈਵ ਹੋਏ ਕਰੀਏ ਅਤੇ ਆਪਾਂ ਯੂਟਿਊਬ ਲਾਈਵ ਤੁਹਾਡੇ ਨਾਲ ਗੱਲਾਂ ਕਰੀਏ ਲਾਈਵ ਤੁਸੀਂ ਸਾਨੂੰ ਟੈਲੀਫੋਨ ਕਰੋ ਅਤੇ ਆਪਾਂ ਕਿਆ ਚੀਜ਼
ਨੀਚੇ ਫਲੋਰ ਤੇ ਵੀ ਆ। ਹਾਂ ਮੈਂ ਉਹ ਵੀ ਕਾਲਾ ਕਹਿ ਰਿਹਾ ਪੂਰਾ ਨੌਰਥ ਮਾਲ ਵੀ ਘੁਮਾ ਦੇ ਥੋੜ੍ਹੇ ਜਿਹੇ ਚਾਰੇ ਪਾਸੇ ਦਿਖਾ ਵੀ ਤੇ ਮੈਂ ਤੁਹਾਨੂੰ ਦਿਖਾਉਂਦਾ ਥੋੜ੍ਹਾ ਨੌਰਥ ਮਾਲ ਵੀ ਦਿਖਾਉਂਦਾ ਜੋ ਮੈਂ ਗੱਲ ਕਰ ਰਿਹਾ ਸੀ ਵੀ ਅਸੀਂ ਐਤਵਾਰ ਨੂੰ ਮੈਂ ਕੋਸ਼ਿਸ਼ ਕਰ ਰਿਹਾ ਵੀ ਐਤਵਾਰ ਨੂੰ ਅਸੀਂ ਯੂਟਿਊਬ 'ਤੇ ਲਾਈਵ ਹੋਏ ਕਰੀ ਜੋ ਤੁਹਾਡੇ ਸਿੱਧੇ ਲਾਈਵ ਟੈਲੀਫੋਨ ਲਏ ਕਰੀਏ ਅਤੇ ਲਾਈਵ ਤੁਹਾਡੇ ਨਾਲ ਸਿੱਧੀਆਂ ਗੱਲਾਂ ਕਰੇ ਕਰੀਏ ਤੁਹਾਡਾ ਬੜਾ ਕਮੈਂਟ 'ਚ ਜ਼ਰੂਰ ਤੁਸੀਂ ਮੈਨੂੰ ਦੱਸਿਓ ਵੀ ਇਹ ਗੱਲ ਠੀਕ ਹੈ ਵੀ ਮੈਂ ਲਾਈਵ ਤੁਹਾਡੇ ਗੱਲਬਾਤ ਆਪਾਂ ਕਰੇ ਕਰਾਂ ਮੈਂ ਲਾਈਵ ਤੁਹਾਡੇ ਨਾਲ ਗੱਲਾਂ ਕਰੇ ਕਰਾਂਗੇ। ਚਲੋ ਹੁਣ ਤੁਹਾਨੂੰ ਮੈਂ ਥੋੜ੍ਹਾ ਜਿਹਾ ਨੌਰਥ ਮਾਲ ਘੁਮਾ ਕੇ ਦਿਖਾਉਂਦਾ ਚਾਰੇ ਪਾਸੇ ਅਤੇ ਚਲੋ ਚੱਲਦੇ ਹਾਂ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਅਤੇ ਤੁਹਾਨੂੰ ਘੁਮਾਉਂਦਾ ਫਿਰ ਚਾਰੇ ਪਾਸੇ। ਫੋਨ ਚਾਹੀਦਾ ਸੀਗਾ ਕਰ ਨੂੰ ਇੱਕ ਮਿੰਟ ਮੈਂ ਤੁਹਾਨੂੰ ਮੈਨੂੰ ਬੜਾ ਨੌਰਥ ਮਾਲ ਘੁਮਾ ਦਿੰਦੇ ਯਾਰ ਆਪਣੇ ਬਹੁਤ ਦੂਰ ਦੂਰ ਤੋਂ ਲੋਕ ਦੇਖਣ ਲੱਗੇ ਹੋਏ ਮੈਨੂੰ ਹੁਣ। ਆ ਜਾ ਬਾਈ ਕਾਲੇ ਆ ਜਾ ਕਾਲੇ ਉਹ ਕਾਲੇ ਉੱਠੇ ਆ ਜਾ ਮਾੜਾ ਜਾ ਆ ਮਾੜਾ ਘੁੰਮ ਲਈਏ ਮਾੜਾ ਦਿਖਾ ਦਈਏ ਚੱਲ ਆ ਜਾ ਮੈਂ ਚੱਲਦਾ ਆ ਜਾ ਆ ਤੁਸੀਂ ਦੇਖੋ ਕਿੰਨਾ ਸੋਹਣਾ ਇੱਥੇ ਨੌਰਥ ਮਾਲ ਆ ਪੂਰਾ ਉੱਪਰ ਤੱਕ ਨੂੰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂਜੀ ਹਾਂਜੀ ਅਤੇ ਇੱਕ ਭਾਈ ਮੈਨੂੰ ਮੇਰਾ ਫਰੈਂਡ ਮੈਨੂੰ ਆ ਕੇ ਮਿਲਿਆ ਜਿਹੜਾ ਮੈਨੂੰ ਯੂਟਿਊਬ ਵਾਲਾ ਪਛਾਣ ਲਿਆ ਕਹਿੰਦਾ ਜਾਨ ਮਾਲ ਵੀਡੀਓ ਤੋਂ ਆਇਆ ਹੈ ਤੂੰ ਅਤੇ ਬਾਕੀ ਮੈਂ ਤੁਹਾਨੂੰ ਦਿਖਾਉਂਦਾ ਸਾਰੇ ਇੱਥੇ ਕਿ ਸਾਹਮਣੇ ਕਾਫੀ ਆ ਉਹ ਸਾਹਮਣੇ ਬਰਗਰ ਕਿੰਗ ਆ ਉੱਧਰ ਪਰਲੇ ਪਾਸੇ ਖਾਣ ਦੇ ਜਾਣਗੇ ਟੋਪ ਫਲੋਰ ਆ ਜਿੱਥੇ ਦਾ ਤਾਂ ਬਾਈ ਮਿਲਦਾ ਮਾੜਾ ਇੱਥੇ ਉੱਥੇ ਉੱਥੇ ਹੀ ਬੈਠਾ ਮੈਂ ਠੀਕ ਹੈ ਅਤੇ ਜਿਹੜੀ ਮੈਂ ਗੱਲ ਕਹਿਣਾ ਮੈਨੂੰ ਇੱਥੇ ਹੁਣ ਇੱਕ ਦੋ ਬੰਦੇ ਮੈਨੂੰ ਇੱਥੇ ਮਿਲੇ ਵੀ ਆ ਜਿਹੜੇ ਮੈਨੂੰ ਜਾਣ ਵੀ ਤੁਸੀਂ ਜਾਣ ਵਾਲੇ ਵੀਡੀਓ ਤੋਂ ਆਏ ਹੋਏ ਆ ਮਿਲੇ ਵੀ ਮੈਨੂੰ ਆ ਕੇ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਇੱਕ ਬਾਈ ਇੱਧਰ ਪਿੱਛੇ ਬਾਈ ਆ ਗਿਆ ਇੱਧਰ ਪਿੱਛੇ ਬਾਈ ਨੇ ਪਛਾਣ ਲਿਆ ਮੈਨੂੰ ਉੱਧਰ ਪਿੱਛੇ ਖੜਾ ਬਾਈ ਆਹ ਅਤੇ ਕਹਿੰਦਾ ਬਾਈ ਤੂੰ ਜਾਣ ਵਾਲੇ ਵੀਡੀਓ ਤੋਂ ਆਇਆ ਹੋਇਆ ਮੈਂ ਕਿਹਾ ਵੀ ਹਾਂ ਮੈਂ ਉਹਨਾਂ ਤੋਂ ਜਦੋਂ ਆਇਆ ਵੀਡੀਓ ਉਹੀ ਵੀਡੀਓ ਬਣਾ ਰਹੇ ਹਾਂ ਬਾਕੀ ਇੱਧਰ ਜੱਸੀ ਨੇ ਬੈਠੇ ਆ ਮੈਂ ਤੁਹਾਨੂੰ ਦਿਖਾਇਆ ਪੂਰਾ ਪਿੱਛੇ ਸਾਰਾ ਕੁਝ ਜੱਸੀ ਦੰਦ ਕੱਢ ਰਿਹਾ ਪਿੱਛੇ ਬੈਠਾ ਇੱਧਰ ਕਾਲਾ ਵੀ ਬੈਠਾ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਮੈਂ ਕੋਸ਼ਿਸ਼ ਕਰਦਾ ਵੀ ਕਮੈਂਟ ਜ਼ਰੂਰ ਦੱਸਣਾ ਤੁਸੀਂ ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਕਮੈਂਟ ਜ਼ਰੂਰ ਦੱਸਿਓ ਮੈਨੂੰ ਓਕੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿਸੇ ਫਿਰ ਅਗਲੀ ਵੀਡੀਓ ਦੇ ਵਿੱਚ।